ਅੰਮ੍ਰਿਤਸਰ ਦੇ ਹਾਥੀ ਗੇਟ ਦੇ ਬਾਹਰ ਬੀਜੇਪੀ ਵੱਲੋਂ ਪੈਟਰੋਲ ਤੇ ਵੇਟ ਘੱਟ ਕਰਕੇ ਕੀਮਤਾਂ ਨੂੰ ਘੱਟ ਨਾ ਕਰਨ ਤੇ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੀਜੇਪੀ ਵਰਕਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕਰ ਆਪਣਾ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬੀਜੇਪੀ ਰਾਸ਼ਟਰੀ ਸਚਿਵ ਤਰੁਣ ਚੁੱਗ ਸ਼ਾਮਿਲ ਹੋਏ। ਉਨ੍ਹਾਂ ਨੇ ਆਪਣੇ ਰੋਸ ਪ੍ਰਦਰਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਨੀਤੀ ਤੇ ਉਤਰ ਆਏ ਨੇ। ਪੂਰੇ ਪੰਜਾਬ ਦੇ ਅੰਦਰ ਪ੍ਰਦੇਸ਼ ਅਧਿਅਕਸ਼ ਸ਼ਵੇਤ ਮਲਿਕ ਦੀ ਲੀਡਰਸ਼ਿਪ 'ਚ ਔਰ ਅੰਮ੍ਰਿਤਸਰ ਦੇ ਅੰਦਰ ਅਨੰਤ ਸ਼ਰਮਾ ਦੀ ਲੀਡਰਸ਼ਿਪ 'ਚ ਅਸੀਂ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਜਲਾ ਰਹੇ ਹਾਂ। ਔਰ ਇਹ ਜਿਹੜੇ ਪੁਤਲੇ ਨੇ ਗਲੀ ਗਲੀ 'ਚ ਅੱਜ ਸ਼ੋਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਨ ਵਿਰੋਧੀ ਨੀਤੀਆਂ 'ਤੇ ਉਤਰਿਆ। ਅੱਜ ਜਨਤਾ ਡਿਮਾਂਡ ਕਰ ਰਹੀ ਹੈ ਕਿ ਇੱਕ ਪਾਸੇ ਇੱਕ ਪੈਟਰੋਲ ਦੇ ਉੱਤੇ ਲਗਭਗ 40 ਰੁਪਏ ਟੈਕਸ ਹੈ, ਉਸ 40 ਰੁਪਿਆਂ ਦੇ ਵਿੱਚ ਲਗਭਗ 23-24 ਰੁਪਏ ਟੈਕਸ ਸਟੇਟ ਗੌਰਮੈਂਟ ਦਾ ਡਾਇਰੈਕਟ ਟੈਕਸ ਹੈ, ਬਾਕੀ ਜਿਹੜੇ 16 ਰੁਪਏ ਬਚਦੇ ਨੇ ਉਹ 'ਚ ਜਿਹੜਾ ਸੈਂਟਰ ਗੌਰਮੈਂਟ ਟੈਕਸ ਲੈਂਦੀ ਹੈ ਉਹ 'ਚੋਂ 48% ਟੈਕਸ ਵਾਪਸ ਸਟੇਟ ਨੂੰ ਆ ਜਾਂਦਾ, ਯਾਨੀ ਲਗਭਗ 32 ਰੁਪਈਏ ਟੈਕਸ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੈ ਰਹੀ। ਔਰ ਸੈਂਟਰ 'ਚ ਮੋਦੀ ਸਾਹਿਬ ਜਿਹੜੇ 7 ਰੁਪਏ ਲੈ ਰਹੇ ਸੀ ਉਹ 'ਚ ਉਹਨਾਂ ਨੇ 2.5 ਰੁਪਏ ਛੂਟ ਦਿੱਤੀ, 32 ਰੁਪਏ ਲੈਣ ਵਾਲੇ ਨੇ ਅਜੇ ਤੱਕ 32 ਪੈਸੇ ਦੀ ਛੂਟ ਨਹੀਂ ਦਿੱਤੀ, ਜਦਕਿ ਪੰਜਾਬ ਇਸ ਰੀਜਨ ਦੇ ਅੰਦਰ ਸਭ ਨਾਲੋਂ ਜ਼ਿਆਦਾ ਟੈਕਸ ਲੈਣ ਵਾਲਾ ਪ੍ਰਾਂਤ ਹੈ, ਚਾਹੇ ਉਹ ਜੰਮੂ ਕਸ਼ਮੀਰ ਹੈ, ਚਾਹੇ ਹਰਿਆਣਾ ਹੈ, ਚਾਹੇ ਹਿਮਾਚਲ ਹੈ, ਚਾਹੇ ਚੰਡੀਗੜ੍ਹ। ਅਸੀਂ 2 ਡਿਮਾਂਡਸ ਨੂੰ ਲੈ ਕੇ ਇੱਥੇ ਆਏ ਹਾਂ, ਇੱਕ ਤਾਂ ਘੱਟ ਤੋਂ ਘੱਟ 5 ਰੁਪਈਏ ਜਿਹੜਾ ਸ਼ੇਅਰ ਸੈਂਟਰ ਨੇ ਕਿਹਾ 2.5 ਰੁਪਏ ਛੱਡਣ ਦਾ, ਉਹ ਤਾਂ ਛੱਡੋ ਹੀ ਛੱਡੋ। ਦੂਜਾ ਜਿਹੜਾ ਸ਼ੇਅਰ ਸਾਡਾ ਬਾਕੀ ਸਟੇਟਾਂ ਨਾਲੋਂ ਜ਼ਿਆਦਾ ਹੈ, 2-2 ਰੁਪਏ ਲੀਟਰ, 3-3 ਰੁਪਏ ਲੀਟਰ, ਉਹਨੂੰ ਵੀ ਘਟਾਓ ਤਾਂ ਕਿ ਜਨਤਾ ਨੂੰ ਰਾਹਤ ਮਿਲ ਸਕੇ। ਲੇਕਿਨ ਦੁੱਖ ਹੈ ਕਿ ਪੰਜਾਬ ਦੇ ਅੰਦਰ ਇੱਕ ਰਾਜਾ ਦੀ ਹੱਠ ਧਰਮਿਤਾ ਦੀ ਸਰਕਾਰ। ਅੰਮ੍ਰਿਤਸਰ ਤੋਂ ਗੁਰਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।